हाँ जी, वाहेगुरु जी का खालसा, वाहेगुरु जी की फतेह। आजो भी मित्रों, सज्जनों, प्यारियो, अज मैं ते मेरा भरा जगजीत सिंह धालीवाल साहब उर्फ जग्गा साहब, असी नाल साढ़े पन्नू साहब मन्ना जी ते नाल वीर अपना की ना तुहाडा मन्ना जी तुहाडा वीर। सो इत्थे गलबात करके आपां वीरां दे नाल फिर अगे तुरे आओ फिर। सो तुहाडियां सीसां दे नाल असी अज आवाज़ा थानू आ गई होणगियां। अज पहुंचियां जगराओं घोड़ियां दी मंडी, ते आओ थानू इत्थे बहुत कुछ विखाउणा मेरे। आ देखो आ हिणकदे घोड़े, ते थानू अज इत्थे बहुत कुछ विखाउणा। ते महाराज ने किरपा कीती, बख्शिश कीती, तां इत्थों असी बहुत कुछ अज कोशिश आ कुछ लभ के भी जावांगे कुछ ना कुछ। ते आ मंडी दे विच इधरों एंट्री है, ते इधरों जिहड़ी आ जी मंडी दे विच साडी एंट्री है। ते इह जग्गा पा जग्गे पा कर कोई गल चढ़दी गल जी तुसीं बोली चल बोल, तेन बोलना भी सिखाना है। किदां भाऊ, ठीक ठाक हो? सत श्री अकाल, किवें सेहतां? सवारी करनी आपां हुण हैं, थोड़ी देर नूं करदे आ। सो आपां पहुंच गए आ जी, बग्गे पा कर गल। बहुत वड्डी मंडी लगी हुई है जी, पूरा भरिया होया मेला जी। हां जी, बेनती करदे आ सारे जिहड़े शौक रखदे आ पहुंचण जरूर। सो एक दिन दो दिन मेला जे होर चलू है। लो जी, आपां हुण एंट्री ते पहुंचण वाले आ। साडे भरा सारे बजुर्ग वीर इत्थे बैठे हुए ने, ते लैने आ जी अज नज़ारे। सो इदां ही तुसीं जुड़े रहो, तुहानूं पूरी मंडी दे विच एक तो एक घोड़े बछेरियां बछेरे आ नुकरा आउंदा छाला मारदा। सो थानू दर्शन करावांगे। सत श्री अकाल, सत श्री अकाल भी सारिआं नूं। सो लो जी, आपां मंडी दे विच पहुंच गए। किसी ने वेचना ते किसी ने खरीदना। लो जी, हुण जुड़े रहो, धन्नवाद। आ जाओ जी। आ हा, जगराओं मेले विच फिर आपां तुर फिर के बहुत कुछ देखिआ जी। आ नीले रंग दे मज्जू के लैन दे नुकरे राणा स्टड फार्म, ते आ मैणा स्टड फार्म, बहुत सोहणे सोहणे घोड़े नुकरे जिहड़े उत्थे आपां दीदार कीते उहनां दे। ते होर भी मेले दे विच बहुत कुछ सी वेखण नूं। ਆ ਅਸੀਂ ਤੁਰਦੇ ਤੁਰਦੇ ਜਾ ਰਹੇ ਸੀ ਤਾਂ ਸਾਨੂੰ ਲਓ ਜੀ ਆ ਆਪਾਂ ਹੁਣ ਆਪਣੇ ਨਾਲ ਚੱਲਿਆ। ਦੇਖ ਮੈਂ ਆ ਸੰਗਲ ਫੜਿਆ ਨਾਲ ਹੀ ਆ ਗਿਆ ਮੇਰੇ। ਦੇਖ ਆ ਤੂੰ ਦੇਖ, ਤੈਨੂੰ ਫੜਾਉਣਾ ਆ ਦੇਖ ਆ ਫੜ ਆ ਫੜ ਵੀ ਆ ਫੜ ਸੰਗਲ ਜੀ ਆ ਲੈ ਆ ਦੇਖ ਆ ਦੇਖ ਆ ਲਓ ਜੀ ਵੀ ਸਿਆਣਾ ਵੀ ਜਿਹਦੇ ਹੱਥ ਸੰਗਲ ਇਹ ਗੁਲਾਮੀ ਹੋਈ ਹੈ ਵੀ ਜਿਹੜਾ ਸੰਗਲ ਫੜ ਲਏ ਉਹਦਾ ਹੋ ਗਿਆ ਹੈ। ਇਹ ਵੀ ਗੁਲਾਮੀ ਹੋਈ ਹੈ, ਗੁਲਾਮੀ ਇਹਨੂੰ ਹੀ ਕਹਿੰਦੇ ਨੇ। ਇੱਦਾਂ ਹੀ ਹੋ ਗਏ ਸਾਡੇ ਲੋਕ, ਹੈ ਨਾ। ਸੋ ਦਰਸ਼ਨ ਕਰਦੇ ਕਰਦੇ ਜੀ ਅਸੀਂ ਫਿਰ ਇੱਥੇ ਜਾ ਕੇ ਬੈਠੇ, ਤੇ ਬੈਠ ਕੇ ਕੁਛ ਘੋੜਿਆਂ ਦੀਆਂ ਨਸਲਾਂ ਬਾਰੇ ਵਿਚਾਰਾਂ ਹੋਈਆਂ। ਪੰਜਾਬ 'ਚ ਕਿਹੜੀ ਨਸਲ ਹੈ, ਕਿਹਦਾ ਅੱਜ ਕੱਲ੍ਹ ਟਰੈਂਡ ਹੈ, ਕੀ ਸ਼ੌਂਕ ਹੈ ਨੌਜਵਾਨਾਂ ਦਾ। ਸੋ ਇਹ ਗੱਲਾਂ ਵੀ ਸੁਣਨ ਨੂੰ, ਸਿੱਖਣ ਨੂੰ ਆ ਬਜ਼ੁਰਗਾਂ ਦੇ ਕੋਲੋਂ ਬੈਠ ਕੇ ਮਿਲੀਆਂ। ਨਾਲ ਮੇਰੇ ਬਾਈ ਜੱਗਾ ਸੀਗਾ, ਤੇ ਅੱਛਾ। ਸੋ ਆ ਸਾਰਾ ਨਜ਼ਾਰਾ, ਸਾਰਾ ਮੇਲਾ ਤੁਸੀਂ ਦੇਖ ਰਹੇ ਹੋ ਜੀ। ਇਹ ਜਗਰਾਓਂ ਦੀ ਮੰਡੀ ਆ, ਅਤੇ ਆਨੰਦ ਬਣਿਆ ਹੋਇਆ ਤਰ੍ਹਾਂ ਤਰ੍ਹਾਂ ਦੇ। ਵਾਹਿਗੁਰੂ ਜੀ ਕਾ ਖਾਲਸਾ, ਫਤਿਹ। ਵੀਰ ਜੀ, ਕੀ ਹਾਲ ਹੈ? ਬਹੁਤ ਵਧੀਆ। ਤੁਸੀਂ ਠੀਕ ਹੋ? ਪਰਿਵਾਰ ਠੀਕ ਹੈ? ਤੁਹਾਡੀ ਕਿਰਪਾ ਬਾਬਾ ਜੀ, ਕਿਰਪਾ ਅਕਾਲਪੁਰ ਦੀ ਸਾਰਿਆਂ 'ਤੇ ਆਪਣੇ। 5 ਤਰੀਕ ਨੂੰ ਬਾਈ ਦੀਪ ਦਾ ਪਿੰਡ ਭੋਗ ਪਾ ਰਿਹਾ। ਕਿਹੜੇ ਪਿੰਡ? ਸੱਜਾਵਾਲ ਜੀ। ਮੈਂ 5 ਨੂੰ ਨਾ ਜੈਪੁਰ ਚਲੇ ਜਾਣਾ, ਲੁਧਿਆਣੇ ਤੋਂ ਰਾਤ ਨੂੰ ਨਿਕਲ ਜਾਣਾ। ਕਿੰਨੇ ਵਜੇ ਭੋਗ? ਭੋਗ 10:30 ਵਜੇ। ਕਿੱਥੇ ਕਰਕੇ ਸੱਜਾ ਵਾਲਾ? ਸੋ ਇੱਥੇ ਬਹੁਤ ਵੀਰ ਜਿਹੜੇ ਸੀ, ਕਈ ਤਾਂ 20-20 50-50 ਘੋੜੇ ਘੋੜੀਆਂ ਬਛੇਰੇ ਬਛੇਰੀਆਂ ਲੈ ਕੇ ਆਏ ਸੀ, ਜਿਨ੍ਹਾਂ ਦਾ ਟੋਟਲੀ ਜਿਹੜਾ ਉਹ ਬਿਜ਼ਨਸ ਹੈ। ਅਸੀਂ ਤੁਰਦੇ ਰਹੇ ਫਿਰਦੇ ਰਹੇ, ਨਾਲ ਮੇਰੇ ਪ੍ਰਧਾਨ ਸੀਗਾ ਮਾਵੀ ਸਟੱਡ ਫਾਰਮ ਪਿੰਡ ਮੈਣ ਮਾਜਰੀ ਤੋਂ, ਬੂਟਾ ਸਿੰਘ ਦਾ ਪਚੰਗੀ ਮਾਵੀ ਸਿੰਘ ਸਿੰਗਰ ਉਹਦਾ ਬ੍ਰਦਰ ਨਾਲ ਸੀਗਾ, ਬਹੁਤ ਨੌਲੇਜ ਰੱਖਦਾ ਇਹ ਨੌਜਵਾਨ ਵੀ ਘੋੜਿਆਂ ਬਾਰੇ, ਸੇਲ ਪਰਚੇਜ਼ ਦਾ ਕਰਦਾ, ਇਸ ਕਰਕੇ ਇਹਨੂੰ ਜਾਣਕਾਰੀ ਬਹੁਤ ਹੈ। ਸੋ ਅਸੀਂ ਤੁਰਦੇ ਫਿਰਦਿਆਂ ਨੇ ਤਰ੍ਹਾਂ ਤਰ੍ਹਾਂ ਦੇ ਦੇਖੇ, ਅਤੇ ਇੱਥੇ ਫਿਰ ਬੈਠ ਕੇ ਫਿਰ ਆਪਾਂ ਅੱਧਾ ਪੌਣਾ ਘੰਟਾ ਜਦੋਂ ਥੱਕ ਗਏ ਫਿਰ ਆ ਬਾਈ ਦੀ ਦੁਕਾਨ 'ਤੇ ਬੈਠ ਕੇ ਘੋੜਿਆਂ ਦਾ ਸਮਾਨ ਜਿੱਥੇ ਕਾਠੀਆਂ ਕੁੱਠੀਆਂ ਵੀ ਆਪਾਂ ਦੇਖੀਆਂ,
ਅਤੇ ਨਾਲ ਫਿਰ ਆਪਾਂ ਸੇਲ ਵੀ ਕੀਤਾ। ਦਿਹਾੜੀ ਨਹੀਂ ਦਿੱਤੀ ਬਾਈ ਨੇ ਮੈਨੂੰ, ਮੈਂ ਕੰਮ ਤਾਂ ਬਹੁਤ ਕੀਤਾ ਉਸ ਦਿਨ ਦੁਕਾਨ 'ਤੇ ਬਹਿ ਕੇ, ਪਰ ਮੈਨੂੰ ਦਿਹਾੜੀ ਦਿੱਤੀ ਨਹੀਂ ਬਾਈ ਨੇ। ਚਲੋ ਕੋਈ ਨਹੀਂ, ਗਾਹਾਂ ਜਦ ਗਏ ਫਿਰ ਬਾਈ ਨੂੰ ਬੇਨਤੀ ਕਰਕੇ ਕਹਿ ਦਾਂਗੇ ਬਾਈ ਮੇਰੀ ਦਿਹਾੜੀ ਤਾਂ ਦੇ ਦੇ। ਸੋ ਬਹੁਤ ਵਧੀਆ ਵਧੀਆ ਸਮਾਨ ਸੀ, ਬਾਈ ਨੇ ਬਹੁਤ ਪਿਆਰ ਦਿੱਤਾ। ਸੋ ਮੇਲੇ ਦੇ ਵਿੱਚ ਜਸਵਿੰਦਰ ਬਰਾੜ ਬਾਈ ਕੋਲ ਜਾਣ ਦਾ ਮੌਕਾ ਮਿਲਿਆ। ਬਾਈ ਜਗਜੀਤ ਨਾਲ ਬਹੁਤ ਪਿਆਰ ਹੈ ਉਹਦਾ, ਉਹਦੇ ਕੋਲ ਕੁੱਤੇ, ਬੱਤਕਾਂ ਵੀ ਕਈ ਕੁਆਲਿਟੀ ਦੀਆਂ, ਤਿੰਨ ਚਾਰ ਤਰ੍ਹਾਂ ਦੀਆਂ, ਅਤੇ ਟਰਕੀ, ਅਮਰੀਕਨ ਚੂਹੇ, ਚਕੋਰਾਂ, ਕਬੂਤਰ, ਸਾਹੇ, ਮਤਲਬ ਕੀ ਕੁਝ ਨਹੀਂ ਸੀ ਬਾਈ ਕੋਲ, ਬਹੁਤ ਕੁਝ ਸੀ ਬਾਈ ਦੇ ਕੋਲ। ਸੋ ਜਸਵਿੰਦਰ ਬਰਾੜ ਬਾਈ ਦੀ ਇੱਕ ਵੱਖਰੀ ਵੀਡੀਓ ਵੀ ਮੈਂ ਪਾਊਂਗਾ, ਇਹ ਸੰਤ ਭਿੰਡਰਾਂ ਵਾਲਿਆਂ ਦਾ ਬਹੁਤ ਫੈਨ ਹੈ। ਸੋ ਇਹਦੀ ਇੱਕ ਵੱਖਰੀ ਵੀਡੀਓ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗਾ। ਅਤੇ ਆਓ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਹਾਂ ਲਾਲ ਰਤਨ ਵਾਲੇ ਪਾਸੇ ਚੱਲਦੇ ਹਾਂ, ਆਓ। ਸੋ ਇਹ ਹੈ ਜੀ ਬਾਈ ਹਰੀ ਬਾਈ, ਦੱਸੋ ਆਪਣਾ ਨਾਮ। ਸਟਾਲੀਅਨ ਲਾਲ ਰਤਨ ਇਹ ਖੜਿਆ ਹੋਇਆ। ਤੁਹਾਡਾ ਪਿੰਡ ਕਿਹੜਾ ਵੀਰ ਜੀ? ਇਹ ਵਾਲੀ ਜੀ, ਇਹ ਵਾਲੀ ਪਿੰਡ ਤੋਂ ਲੁਧਿਆਣਾ ਜ਼ਿਲ੍ਹਾ। ਲੁਧਿਆਣਾ ਜ਼ਿਲ੍ਹਾ ਤੋਂ ਸਰਬਜੋਤ ਸਿੰਘ। ਸਰਬਜੋਤ ਸਿੰਘ ਬਾਈ ਦਾ ਨਾਂ ਆ। ਕਿੰਨੇ ਸੋਹਣੇ ਸੋਹਣੇ ਮੈਂ ਕਹਿੰਦਾ ਵੀ ਹੀਰੇ ਜਿਹੜੇ ਨੇ ਇਹਨਾਂ ਨੇ ਸਾਂਭ ਕੇ ਰੱਖੇ ਹੋਏ ਨੇ। ਸੋ ਇਹ ਨਹੀਂ ਬਾਈ ਕੋਈ ਨਹੀਂ ਚੱਕ ਨਾ ਮਰੀ ਯਾਰ, ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੁਛ ਨਹੀਂ, ਕੋਈ ਕੋਈ ਚੱਕਰ ਨਹੀਂ, ਕੋਈ ਚੱਕਰ ਨਹੀਂ। ਸੋ ਇਹ ਚੀਜ਼ਾਂ ਜਿਹੜੀਆਂ ਨੇ ਕਰਮਾਂ ਨਾਲ ਮਿਲਦੀਆਂ ਨੇ, ਨਾ 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 ਹਾਂ ਕਰਮਾਂ ਨਾਲ ਮਿਲਦੀਆਂ ਨੇ। ਸੋ ਇਹ ਬਾਈਆਂ ਨੇ ਕੋਈ ਕਰਮ ਚੰਗੇ ਕੀਤੇ ਹੋਣਗੇ, ਕਿਉਂ ਮਾਵੀ ਹੈ ਨਾ, ਹਾਂ ਬਿਨਾਂ ਕਰਮਾਂ ਤੋਂ ਨਹੀਂ ਮਿਲਦੀਆਂ। ਸੋ ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਦਾਤਾਂ ਨੇ ਜੀ। ਸੋ ਇਹ ਇਹਦਾ ਬੱਚਾ ਹੈ ਜੀ, ਇਹਦਾ ਬੱਚਾ ਲਗਭਗ 20 ਮਹੀਨੇ ਇਹਦੀ ਉਮਰ ਹੈ। ਅਤੇ ਇਹਨੂੰ ਰੰਗ ਮਊਆ ਰੰਗ ਕਹਿ ਸਕਦੇ ਇਹਨੂੰ, ਮਊਆ ਰੰਗ ਹੈ ਨਾ, ਹਾਂ ਉਹਦਾ ਰੰਗ ਨਹੀਂ, ਉਹਦਾ ਕਮੈਤ ਡਾਰਕ ਹੈ, ਇਹ ਮਊਆ ਰੰਗ ਹੈ, ਹਾਂ। ਸੋ ਇਹ ਰੰਗ ਫਿਰ ਇਹਦਾ ਇਹੀ ਰਹਿਣ ਦੇ ਆਸਾਰ ਨੇ, ਇਹੀ ਰਹੂਗਾ ਜਾਂ ਕਰੂ ਚੇਂਜ? ਉਹ ਉਸੇ ਰੰਗ ਚ ਆਊਗਾ, ਪਹਿਲਾਂ ਉਹਦਾ ਵੀ ਇਸ ਤਰ੍ਹਾਂ ਰੰਗ ਸੀਗਾ। ਅੱਛਾ, ਉਮਰ ਦੇ ਹਿਸਾਬ ਨਾਲ ਹੌਲੀ ਜਦੋਂ ਉਮਰ ਵਧੀ ਜਾਂਦੀ, ਉਮਰ ਵਧੀ ਜਾਂਦੀ ਫਿਰ ਕਮੈਤ ਚ ਆ ਜਾਊਗਾ ਮਤਲਬ। ਪਰ ਇਹ ਰੰਗ ਦੇ ਘੋੜੇ ਵੀ ਬਹੁਤ ਘੱਟ ਨੇ ਮਊਆ ਰੰਗ ਦੇ, ਮਤਲਬ ਮਤਲਬ ਮੈਂ ਦੇਖੇ ਬਹੁਤ ਘੱਟ ਨੇ, ਹੁਣ ਟ੍ਰੈਂਡ ਬਹੁਤ ਜ਼ਿਆਦਾ ਹੋ ਗਿਆ, ਹੁਣ ਟ੍ਰੈਂਡ ਹੈਗਾ ਇਸ ਰੰਗ ਦਾ, ਮਊਆ ਰੰਗ ਦਾ ਕਾਫੀ ਹੋ ਗਿਆ। ਹਾਂ, ਆਪਣੇ ਪਹਿਲਾਂ ਵੀ ਸ਼ੁਰੂ ਤੋਂ ਵੀ ਜਿਹੜੇ ਬਜ਼ੁਰਗ ਉਹ ਵੀ ਇਹੀ ਰੰਗ ਨੂੰ ਜ਼ਿਆਦਾ ਪਸੰਦ ਕਰਦੇ, ਹਾਂ ਇਸੇ ਰੰਗ ਨੂੰ ਪਸੰਦ ਕਰਦੇ ਸੀ ਜ਼ਿਆਦਾ। ਪਰ ਹੁਣ ਟ੍ਰੈਂਡ ਤਾਂ ਹੋ ਗਿਆ, ਪਰ ਘੱਟ ਮਿਲਦੇ, ਘੱਟ ਮਿਲਦੇ ਹੈ ਨਾ, ਕਿਉਂਕਿ ਇਹਦੇ ਨਾਲ ਦਾ ਇੱਕ ਮਊਆ ਰੰਗ ਦਾ ਖੜਿਆ ਹੋਇਆ ਮੈਂ ਦੇਖਿਆ ਸੀ, ਤਲਵੰਡੀ ਹੈ, ਤਲਵੰਡੀ ਜੱਟਾ ਪਿੰਡ ਹੈ ਹੁਸ਼ਿਆਰਪੁਰ 'ਚ, ਅਤੇ ਲਾਲ ਬਾਦਸ਼ਾਹ ਨਾਂ ਹੈ ਉਹਦਾ, ਲਾਲ ਬਾਦਸ਼ਾਹ 4-4.5 ਸਾਲ ਉਮਰ ਹੈ, ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਪਰ ਉਹ ਅਜੇ ਤੱਕ ਸਵਾਰੀ ਨਹੀਂ ਕੀਤੀ ਉਹਨਾਂ ਨੇ ਕਦੇ ਉਹਦੀ, ਹਾਂ ਗਰਮ ਬਹੁਤ ਗਰਮ ਹੈ ਉਹ। ਤੁਸੀਂ ਹੁਣ ਜਿਵੇਂ ਆਹ ਖੜ੍ਹੇ ਆਰਾਮ ਨਾਲ, ਹੁਣ ਤੁਸੀਂ 15-10 ਮਿੰਟ 'ਚ ਉਹਨੇ ਐਂ ਨਵਾ ਕੇ ਲਿਆਉਂਦਾ ਹੁੰਦਾ, ਹਾਂ ਉਹਨੂੰ ਖੋਲ੍ਹਿਆ ਵੀ ਨਾ ਹਜੇ, ਜਦੋਂ ਘੋੜਾ ਮੀਟਿੰਗ ਕਰਨ ਲੱਗ ਜਾਂਦਾ ਫਿਰ ਵੀ ਉਹ 'ਚ ਫਰਕ ਪੈ ਜਾਂਦਾ ਥੋੜ੍ਹਾ, ਸੁਭਾਅ ਪੱਖੋਂ ਖੜ੍ਹਨ ਲੱਗ ਜਾਂਦਾ, ਅਤੇ ਸਵਾਰੀ ਕਰਨ ਲੱਗ ਜਾਓ ਫਿਰ ਵੀ ਠੀਕ ਹੈ। ਇਹਦੀ ਸਵਾਰੀ ਫਿਰ ਤੁਸੀਂ ਕਰਦੇ ਹੋ ਲਾਲ ਰਤਨ? ਠੀਕ ਹੈ, ਠੀਕ ਹੈ। ਘਰੇ ਵੀ ਬੱਚੇ 5-6 ਬੱਚੇ ਆਏ ਹੋਏ ਨੇ। ਅੱਛਾ ਜੀ, ਠੀਕ ਹੈ। ਸ਼ੁਕਰ ਹੈ ਦਾਤੇ ਦਾ, ਮਤਲਬ ਹੁਣ ਆਪਣੇ ਪੰਜਾਬ ਦੇ ਵਿੱਚ ਵੀ ਦੁਬਾਰਾ ਜਿਹੜਾ ਇਹਦਾ ਕਰੇਜ਼ ਆ ਘੋੜਿਆਂ ਦਾ ਲੱਗਦਾ ਹੋ ਗਿਆ। ਸੋ ਮੈਨੂੰ ਇਹ ਵੀ ਮਹਿਸੂਸ ਹੁੰਦਾ ਵੀ ਇਹ ਕਰੇਜ਼ ਬਾਈ ਲੋਪੋਂ ਕੇ ਕਰਕੇ ਵੀ ਫਰਕ ਪਿਆ ਲੋਕਾਂ 'ਚ, ਉਹਦੀਆਂ ਵੀਡੀਓ ਕਰਕੇ ਵੀ ਲੋਕਾਂ 'ਚ ਬਹੁਤ ਫਰਕ ਹੈ। ਸੋਸ਼ਲ ਮੀਡੀਆ ਤੇ ਨੈਟਵਰਕ ਫੇਸਬੁੱਕ ਤੇ ਸਾਰਾ ਹੁੰਦਾ, ਉਹਦੇ ਕਰਕੇ ਬਹੁਤ ਜ਼ਿਆਦਾ ਬਹੁਤ ਨਵੇਂ ਲੋਕ ਬਹੁਤ ਸ਼ੌਂਕ ਪਿਆ ਲੋਕਾਂ। ਮੈਨੂੰ ਬਹੁਤ ਪੁਰਾਣਾ ਸ਼ੌਂਕ ਹੈ ਘੋੜਿਆਂ ਦਾ, ਪਰ ਮੈਂ ਸ਼ੌਂਕ ਪੂਰਾ ਹੁਣ ਕਰਨ ਲੱਗਾ, ਉਹਦਾ ਕਾਰਨ ਇਹ ਵੀ ਟਾਈਮ ਮੰਗਦੇ ਬਿਲਕੁਲ, ਤੇ ਟਾਈਮ ਮੇਰੇ ਕੋਲ ਹੈ ਨਹੀਂ, ਮੈਨੂੰ ਇਹ ਨਹੀਂ ਪਤਾ ਮੈਂ ਕਦੋਂ ਜੇਲ੍ਹ ਚਲਾ ਜਾਵਾਂ, ਹੈ ਨਾ, ਵੀ ਨਾਲ ਪੰਗਾ ਰਹਿੰਦਾ। ਹਾਂ ਪਰ ਹੁਣ ਥੋੜ੍ਹਾ ਜਿਹਾ ਘਟਾਵਾਂਗੇ ਜੇਲ੍ਹਾਂ ਵਾਲਾ ਕੰਮ, ਇਹਨਾਂ ਵੱਲ ਧਿਆਨ ਦੇਵਾਂਗੇ। ਹਾਂ ਲੈ ਜਾਓ ਵੀਰਿੰਦਰ, ਲੈ ਜਾਓ। ਕਿਆ ਬਾਤ, ਆਹ ਬਹੁਤ ਸੋਹਣਾ ਜਾਊਗਾ ਇਹ, ਮਤਲਬ ਮਾਵੀ ਹੈ 67 ਨਹੀਂ ਕੱਦ ਤਾਂ ਚਲੋ ਦੇਖੋ ਮੈਂ ਇੱਕ ਗੱਲ ਕਹਾਂਗਾ, ਠੀਕ ਹੈ ਆਪਣੇ ਲੋਕ ਕੱਦ ਕਾਠ ਤਾਂ ਕਹਿ ਦਿੰਦੇ ਘੋੜੇ ਦਾ ਕੱਦ ਹੋਵੇ, 64 ਕੱਦ ਪਲੱਸ ਹੋ ਜਾਣਾ ਬਹੁਤ ਹੈ, ਸਫੀਸ਼ੈਂਟ ਹੈ। ਜਿਹੜੇ ਮੁਕਾਬਲੇ ਹੁੰਦੇ ਨੇ ਆਪਾਂ ਸ਼ੋਆਂ 'ਚ ਜਾਂਦੇ ਹਾਂ ਤਾਂ ਉੱਥੇ 64+ ਨੂੰ ਸਫੀਸ਼ੈਂਟ ਮੰਨਿਆ ਜਾਂਦਾ, ਇਕੱਲੇ ਕੱਦ ਨਹੀਂ ਕੁਆਲਿਟੀ ਹੋਰ ਵੀ ਬਹੁਤ ਕੁਛ ਹੁੰਦੀ ਵੀ ਘੋੜਾ ਖੜ੍ਹਾ ਦੱਸਦਾ ਵੀ ਮੈਂ ਹੈਗਾ ਵਾਂ। ਹੁਣ ਕਈ ਘੋੜੇ 64 ਤੋਂ ਘੱਟ ਨੇ, ਕੋਈ ਜ਼ਰੂਰੀ ਤਾਂ ਨਹੀਂ ਹੈ 63, ਪਰ ਉਹ ਦੱਸਦੇ ਨੇ 62 ਨੇ, ਪਰ ਉਹ ਕਿਸੇ ਨੂੰ ਅੱਗੇ ਲੰਘਣ ਦਿੰਦੇ ਲੱਗਦੇ ਕਿਹਨੇ 66, ਹਾਂ ਹਾਂ
ਉਹਦੀ ਦਿੱਖ ਤੋਂ ਉਹਦੇ ਖੜਨ ਤੋਂ ਇਹਦੀ ਇਹਦੀ ਬਣਤਰ ਤੋਂ ਇਹਦੇ ਸੁਭਾਅ ਤੋਂ ਸ਼ਾਮ ਤਾਂ ਜੀ ਹਾਂ ਠੀਕ ਹੈ ਕੀ ਬਾਤ ਹੈ ਬਹੁਤ ਬਹੁਤ ਤੁਹਾਨੂੰ ਬਾਈ ਮੁਬਾਰਕ ਇਹਨਾਂ ਚੀਜ਼ਾਂ ਵਾਸਤੇ ਮਹਾਰਾਜ ਤੁਹਾਨੂੰ ਇੱਦਾਂ ਹੀ ਤਰੱਕੀਆਂ ਦੇਣ ਸਾਡੀ ਤਾਂ ਅਰਦਾਸ ਹੀ ਹੈ ਹੋਰ ਤਾਂ ਸਾਡੇ ਕੋਲ ਕੁਛ ਹੈ ਨਹੀਂ ਇਹੀ ਕਰ ਸਕਦੇ ਇਹੀ ਬਹੁਤ ਹੈ ਜਿਹੜੀ ਅਰਦਾਸ ਨਹੀਂ ਜੀ ਸੋ ਇਹ ਹੈ ਜੀ ਮੱਝੂ ਕੇ ਲੈਣ ਦਾ ਸਟਾਲੀਅਨ ਰੁਸਤਮ ਅਤੇ ਬਾਈ ਨਾਲ ਕਰਦੇ ਹਾਂ ਗੱਲ ਬਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਅਤੇ ਤੁਹਾਡਾ ਕਿਹੜਾ ਪਿੰਡ ਹੈ ਮੇਰਾ ਪਿੰਡ ਢੈਬੀ ਹੈ ਜੀ ਲੁਧਿਆਣਾ ਜ਼ਿਲ੍ਹੇ 'ਚ ਅੱਛਾ ਜੀ ਹਾਂਜੀ ਅਤੇ ਕਿੰਨੇ ਸਾਲ ਤੋਂ ਤੁਹਾਡੇ ਕੋਲ ਇਹ ਆਪਾਂ ਆਪਣੇ ਘਰ ਜੰਮਿਆ ਸੀ ਕਿੰਨੀ ਉਮਰ ਇਹਦੀ ਇਹਦੀ 5 ਸਾਲ ਹੈ ਜੀ ਇਹਦਾ ਪਿਓ ਕਿਹੜਾ ਜੀ ਇਹ ਫਤਿਹ ਆ ਜੀ ਅੱਛਾ ਫਤਿਹ ਜਿਹੜਾ ਚੜ੍ਹਾਈ ਕਰ ਗਿਆ ਪਿੱਛੇ ਜੀ ਹੁਣੇ ਚੜ੍ਹਾਈ ਕੀਤਾ ਹਾਂਜੀ ਹਾਂਜੀ ਅਤੇ ਕਿਵੇਂ ਫਿਰ ਇਹਦਾ ਇਹਦੀ ਹੁਣ ਉਮਰ ਕਿੰਨੀ ਹੈ ਇਹਦੀ ਉਮਰ 5 ਸਾਲ ਦੀ ਹੈ ਜੀ ਅਤੇ ਰਿਜ਼ਲਟ ਕਿਵੇਂ ਇਹਦਾ ਰਿਜ਼ਲਟ ਜੀ ਨਾਲ ਖੜਾ ਬੱਚਾ ਇਹਦਾ ਆਪਣੇ ਅੱਛਾ ਬੱਚਾ ਨਾਲ ਖੜਾ ਜੀ ਇਹਦਾ ਸੋ ਬੱਚੇ ਦੇ ਵੀ ਜਿਹੜੇ ਦਰਸ਼ਨ ਆਪਾਂ ਕਰਦੇ ਹਾਂ ਜੀ ਸਾਰੇ ਧਿਆਨ ਨਾਲ ਵੇਖਦੇ ਹਾਂ ਸੋ ਠੀਕ ਹੈ ਸੋ ਇਹਦਾ ਕੱਦ ਕੱਠ ਕਿੰਨਾ ਜੀ ਇਹਦਾ 65 ਇੰਚ ਜੀ ਠੀਕ ਹੈ ਹੋਰ ਇਸ ਤੋਂ ਇਲਾਵਾ ਤੁਸੀਂ ਇਹ ਮਾਰਵਾੜੀ ਤੋਂ ਇਲਾਵਾ ਕਿਹੜੀ ਕਿਹੜੀ ਬਰੀਡ 'ਤੇ ਕੰਮ ਕਰਦੇ ਹੋ ਆਪਣੇ ਕੋਲ ਜੀ ਮੱਝੂ ਕੇ ਲੈਂਦੀ ਹੈ ਸਾਰੇ ਕੋਲ ਅੱਛਾ ਮੱਝੂ ਕੇ ਲੈਂਦੇ ਨੇ ਬਛੇਰੀਆਂ ਵੀ ਹਾਂਜੀ ਹਾਂਜੀ ਅਤੇ ਜੇ ਅਸੀਂ ਕਦੇ ਲੱਭਣੀ ਹੋਵੇ ਮੱਝੂ ਕੇ ਲੈਣ ਦੀ ਬਛੇਰੀ ਤਾਂ ਸਾਨੂੰ ਮਿਲ ਜੂ ਦਵਾ ਦਾਂਗੇ ਜੀ ਦਵਾ ਤਾਂ ਸਾਰੇ ਦਿੰਦੇ ਨੇ ਪਰ ਰੇਟ ਬਹੁਤ ਬੋਲਦੇ ਨੇ ਸਾਡੀ ਇਹਦਾ ਹਿੰਮਤ ਨਹੀਂ ਪੈਂਦੀ ਕੋਈ ਨਾ ਦੇ ਦਾਂਗੇ ਤੁਹਾਨੂੰ ਪੱਕੀ ਗੱਲ ਹੈ ਨਾ ਫੇਰ ਠੀਕ ਹੈ ਜੈ ਜੈਕਾਰ ਹੋ ਗਈ ਬਹੁਤ ਬਹੁਤ ਪਿਆਰਾ ਘੋੜਾ ਅਤੇ ਬਹੁਤ ਸਾਊ ਹੈ ਜੀ ਅਤੇ ਇਹ ਹੈ ਜੀ ਮਤਲਬ ਬਹੁਤ ਸੋਹਣਾ ਨਾਮ ਇਸ ਘੋੜੇ ਨੇ ਰੁਸਤਮ ਨੇ ਇਹ ਵਾਕਈ ਰੁਸਤਮ ਹੈ ਇਹਨੇ ਬਣਾਇਆ ਹੋਇਆ ਸੋ ਮੈਂ ਨਾਮ ਸੁਣਿਆ ਸੀ ਇਹਦਾ ਮੈਂ ਕੋਲੋਂ ਲੰਘ ਗਿਆ ਸੀ ਮੈਨੂੰ ਬਾਈ ਨੇ ਆਵਾਜ਼ ਮਾਰ ਕੇ ਬੁਲਾਇਆ ਅਤੇ ਮੇਰੇ ਕਰਮਾਂ 'ਚ ਸੀਗੇ ਦਰਸ਼ਨ ਇਹਦੇ ਇਸ ਘੋੜੇ ਦੇ ਦਰਸ਼ਨ ਮੇਰੇ ਕਰਮਾਂ ਦੇ ਵਿੱਚ ਸੀ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ